ਰੂਪਨਗਰ ਵਿੱਚ ਲੁਟੇਰਿਆਂ ਨੇ ਇੱਕ ਏਟੀਐਮ ਭੰਨ ਕੇ 5 ਲੱਖ ਰੁਪਏ ਲੁੱਟ ਲਏ। ਲੁਟੇਰੇ ਰਾਤ ਨੂੰ ਬੇਖੌਫ ਹੋ ਕੇ 2 ਘੰਟੇ ਤੋੜ ਭੰਨ ਕਰਦੇ ਰਹੇ। ਰੂਪਨਗਰ ਦੇ ਪੁਰਾਣੇ ਬੱਸ ਅੱਡੇ ਕੋਲ ਲੱਗਿਆ ICIC ਦੇ ਇੱਕ ਏਟੀਐਮ ਨੂੰ ਤੋੜ ਕੇ ਲੁਟੇਰੇ ਉਸ ਵਿੱਚੋਂ 5 ਲੱਖ ਰੁਪਏ ਲੈ ਕੇ ਫਰਾਰ ਹੋਣ ਵਿੱਚ ਸਫਲ ਹੋ ਗਏ। ਚਸ਼ਮਦੀਦ ਗਵਾਹ ਇੱਕ ਮਜ਼ਦੂਰ ਨੇ ਦੱਸਿਆ ਕਿ ਅਣਪਛਾਤੇ ਲੋਕ ਰਾਤ ਨੂੰ 2 ਵਜੇ ਤੋਂ ਲੈ ਕੇ ਕਰੀਬ 4 ਵਜੇ ਤੱਕ ਭੰਨ ਤੋੜ ਕਰਦੇ ਰਹੇ। ਉਸ ਨੇ ਸਮਝਿਆ ਕਿ ਨੇੜੇ ਜੋ ਇਮਾਰਤਾਂ ਬਣਨ ਦਾ ਕੰਮ ਚੱਲ ਰਿਹਾ ਹੈ, ਉਸ ਲਈ ਮਜ਼ਦੂਰ ਮਿਸਤਰੀ ਕੰਮ ਕਰ ਰਹੇ ਹਨ। 2:30 ਵਜੇ ਦਾ ਟਾਈਮ ਦਾ, ਅੱਛਾ, 2:30 ਵਜੇ ਤੇ 4:15 ਵਜੇ ਤੱਕ ਇੱਥੇ ਕਾਰ ਖੜੀ ਸੀ, ਇੱਥੇ ਕਰੇਨ ਖੜੀ ਸੀ। ਕਰੇਨ ਕਿੱਦਾਂ ਦੀ ਕਰੇਨ ਸੀਗੀ? ਕਾਰ ਵਾਲੀ ਜਿਹੜੀ ਕਾਰ ਦੇ ਮਗਰ ਹੁੰਦੇ ਪੈ ਪਿਆ। ਅੱਛਾ, ਉਹ ਕਰੇਨ ਕੀ ਕੀਤਾ ਉਹਨਾਂ ਨੇ? ਹਾਂਜੀ, ਕਿੰਨੀ ਦੇਰ ਨਹੀਂ ਦੇਖਿਆ ਮੈਂ, ਕੰਬਲ ਲੈ ਕੇ ਪਿਆ ਰਿਹਾ, ਫਿਰ 1.5 ਘੰਟੇ ਤੱਕ ਲੱਗੀ ਰਹੇ। ਅੱਛਾ, ਹਾਂਜੀ, ਇਹ ਤਾਂ ਮੰਡੀ ਦੀ ਗੱਡੀਆਂ ਭਰ ਕੇ ਆਏ ਤੇ ਘਨੌਰ ਦੀ ਕਣਕ ਨਹੀਂ। ਫਿਰ ਤੁਸੀਂ ਕਿਹਾ ਨੀ ਕਿਸੇ ਨੂੰ, ਦੱਸਿਆ ਨੀ? ਮੈਂ ਕੱਲਾ, ਮੈਂ ਉੱਥੇ ਤੋਂ ਮੈਂ ਕਿਹਾ ਕੋਈ ਕੰਮ ਚੱਲਦਾ ਹੋਣਾ ਮਕਾਨਾਂ ਦਾ, ਬਸ ਆਹ ਗੱਲ ਸੀ। DSP ਰੂਪਨਗਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੇ ਉਹਨਾਂ ਨੇ ਪੜਤਾਲ ਸ਼ੁਰੂ ਕਰ ਦਿੱਤੀ। ਉਸ ਦਾ ਕਹਿਣਾ ਸੀ ਕਿ ਉਸ ਨੇ CCTV ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ, ਜਿਸ ਬਾਰੇ ਉਹ ਅਜੇ ਕੁਝ ਨਹੀਂ ਦੱਸਣਗੇ। DSP ਨੇ ਇਹ ਵੀ ਕਿਹਾ ਕਿ ਇਹ ਕੰਮ ਕਿਸੇ ਪੁਰਾਣੇ ਲੁਟੇਰੇ ਗੈਂਗ ਦਾ ਵੀ ਹੋ ਸਕਦਾ ਹੈ। ਮੈਨੂੰ ਸਵੇਰੇ ਜਦੋਂ ਮੈਸੇਜ ਮਿਲਿਆ, ਮੈਂ ਇੱਥੇ ਆਇਆ ਤਾਂ ਆ ਕੇ ਦੇਖਿਆ ICIC ਬੈਂਕ ਦਾ ATM ਹੈ। ATM ਨੂੰ ਸਮੇਤ ਮਸ਼ੀਨ ਪੱਟ ਕੇ ਲੈ ਗਏ ਆ, ਅਤੇ ਇਹਦੇ ਵਿੱਚ CCTV ਦੀ ਫੁਟੇਜ ਜਿਹੜੀ ਦੇਖੀ ਆ ਹੁਣ ਤੱਕ, ਉਹਦੇ 'ਚੋਂ ਕੁਛ ਪਤਾ ਲੱਗਦਾ ਵੀ ਕੀ ਕਿਵੇਂ ਹੋਇਆ, ਪਰ ਉਹ ਮੈਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ ਤਾਂ ਕਿ ਉਹ ਇਸ ਸਟੇਜ 'ਤੇ ਜਿਹੜਾ ਉਹ ਬੰਦੇ ਉਹਦਾ ਫਾਇਦਾ ਨਾ ਖਾਦਾ। ਕੀ ਲੱਗਦਾ ਵੀ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਸੇਮ ਹੋਈਆਂ ਤਾਂ ਕੋਈ ਇਨਵੋਲਵਮੈਂਟ ਲੱਗਦੀ ਕੋਈ ਕਿਸੇ ਗੈਂਗ ਦੀ? ਹਾਂ, ਇੱਕ ਪਰਮਾਣੂ ਇੱਕ ATM ਦੀ ਅਟੈਂਪਟ ਹੋਈ ਸੀ, ਚੋਰੀ ਹੋਈ ਸੀ, ਉਦੋਂ ਸਾਡੇ ਰੋਪੜ ਤੋਂ ਉਹਦੀ ਕਰੇਨ ਚੋਰੀ ਕਰਕੇ ਉਹਨੂੰ ਵਿੱਚ ਯੂਜ਼ ਕੀਤਾ ਗਿਆ ਸੀ, ਤਾਂ ਹੁਣ ਵੀ ਇਹਦੇ ਵਿੱਚ ਕਰੇਨ ਯੂਜ਼ ਹੋਈ ਹੈ। ਤਾਂ ਹੋ ਸਕਦਾ ਇਹ ਮਤਲਬ ਮੁੱਢਲੇ ਤੌਰ 'ਤੇ ਜਾਪਦਾ, ਹਾਲੇ ਇਹਨੂੰ ਪੱਕਾ ਨਹੀਂ ਕਿਹਾ ਜਾ ਸਕਦਾ ਕਿ ਉਹੀ ਗੈਂਗ ਜਿਹੜਾ ਕੁਛ ਦਾ ਇਨਵੋਲਵ ਹੋਵੇ, ਅਤੇ ਉਹ ਗੈਂਗ ਹੈ ਵੀ ਬਾਹਰ ਹੈ। ਕੈਸ਼ ਦਾ ਪਤਾ ਲੱਗਿਆ ਜੀ ਕੁਛ, ਕਿੱਦਾਂ ਕੈਸ਼? ਕੈਸ਼ ਦਾ ਕੱਲ੍ਹ ਤਾਂ ਸ਼ਾਮ ਨੂੰ 5 ਲੱਖ ਰੁਪਇਆ ਪਾ ਕੇ ਗਏ ਆ, ਬਾਕੀ ਉਹ ਦੱਸਣਗੇ ਵੀ ਹੋਰ ਪਹਿਲਾਂ ਕਿੰਨਾ ਹੋ ਸਕਦਾ ਉਹਨਾਂ ਦਾ, ਉਹਨਾਂ ਕੋਲ ਇਹਦਾ ਹਿਸਾਬ ਕਿਤਾਬ ਹੋਊਗਾ, ਹਾਲੇ ਆਏ ਨਹੀਂ। ਸ਼੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਕੁਮਾਰ ਦੀ ਰਿਪੋਰਟ।